लुट्टां खूहां दीआं वारदातां च दिनों दिन वाधा हुंदा जा रिहा है। किते ना किते आम लोग अपने आप नूं सुरक्षित महसूस नहीं कर रहे, उन्हां च डर दा माहौल बनिया रहिंदा है ते अपने घरां नूं भी सुन्ने छड के जाण तों कन्नी कतराउंदे ने। मामला फिरोजपुर दे हलका गुरुहर सहायद है, जिथे एक पेट्रोल पंप ते मूंह सिर बन के आए तीन लुटेरे कुछ पलां च ही सिक्योरिटी गार्ड दी गन खो के रफू चक्कर हो गए। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ। ਪੈਟਰੋਲ ਪੰਪ ਮਾਲਕ ਅਤੇ ਸਿਕਿਉਰਿਟੀ ਗਾਰਡ ਨੇ ਦੱਸਿਆ ਕਿ ਉਸ ਦੀ 12 ਬੋਰ ਲਾਇਸੈਂਸੀ ਰਾਈਫਲ ਲੈ ਕੇ ਲੁਟੇਰੇ ਫਰਾਰ ਹੋ ਗਏ ਅਤੇ ਉਸ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਉਹਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਅਜਿਹੇ ਲੋਕਾਂ ਨੂੰ ਨੱਥ ਨਾ ਪਾਈ ਤਾਂ ਮਾਹੌਲ ਹੋਰ ਵੀ ਖਰਾਬ ਹੋ ਸਕਦਾ ਹੈ। ਵਾਰਦਾਤ ਹੋਈ ਹੈ ਜੀ ਤੁਹਾਡੇ ਪੰਪ ਤੇ ਜੀ। ਸਰ ਮੈਂ ਗੁੱਦਾ ਟੰਡੀ ਰੋਡ ਤੇ, ਮੇਰਾ ਪੈਟਰੋਲ ਪੰਪ ਹੈ ਜੀ ਗੋਇਲ ਫਿਲਿੰਗ ਸਟੇਸ਼ਨ ਦੇ ਨਾਮ ਤੇ। ਕਰੀਬ 9:15 ਵਜੇ ਮੈਨੂੰ ਪੰਪ ਦੇ ਮੈਨੇਜਰ ਦਾ ਫੋਨ ਆਇਆ ਹੈ। ਮੈਂ ਉਸ ਟਾਈਮ ਘਰ 'ਚ ਵੀ, ਪੰਪ ਤੇ 3 ਅਗਿਆਤ ਬੰਦੇ ਮੋਟਰਸਾਈਕਲ 'ਤੇ ਆਏ ਹਨ ਅਤੇ ਉਹ ਸਾਡੇ ਗਨਮੈਨ ਕੋਲੋਂ ਰਾਈਫਲ ਖੋਹ ਕੇ ਲੈ ਗਏ ਨੇ। ਉਹਨਾਂ ਨਾਲ ਕੁੱਟਮਾਰ ਵੀ ਕੀਤੀ ਹੈ। ਮੈਂ ਮੌਕੇ 'ਤੇ ਉਦੋਂ ਨਾਲ ਦੀ ਨਾਲ ਇੱਥੇ ਆਇਆ ਅਤੇ ਦੇਖਿਆ ਇੱਥੇ ਫਾਇਰ ਵੀ ਕੀਤੇ ਹੋਏ ਸੀਗੇ। ਕੁਛ ਫਾਇਰ ਉਹਨਾਂ ਨੇ ਆਪਣੀ ਪਿਸਟਲ 'ਚੋਂ ਕੀਤੇ ਹੋਏ ਸੀ, ਕੁਛ ਸਾਡੇ ਗਾਰਡ ਦੀ ਰਾਈਫਲ ਤੋਂ ਕੀਤੇ ਹੋਏ ਸੀਗੇ ਅਤੇ ਉਸ ਗਾਰਡ ਦੀ ਰਾਈਫਲ ਵੀ ਖੋਹ ਕੇ ਲੈ ਗਏ ਨੇ। ਅਤੇ ਇੰਨਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਤ ਹੋ ਗਈ। ਰਾਈਫਲ ਖੋਹ ਕੇ ਉਹ ਫਿਰ ਇੱਧਰ ਗੁੱਦਾ ਚੰਡੀ ਵਾਲੇ ਪਾਸੇ ਨਿਕਲ ਗਏ ਨੇ। ਇਹ ਅੱਜ ਦਾ ਨਹੀਂ ਹੈ, ਇਹ ਸਾਡੇ ਪੰਪ 'ਤੇ ਅੱਜ ਹੋਇਆ ਹੈ, ਪਰ ਗੁਰੂ ਸਾਹਿਬ ਦੇ ਵਿੱਚ ਤੀਜੀ ਚੌਥੀ ਵਾਰਦਾਤ ਹੋ ਗਈ ਜੀ ਲਗਾਤਾਰ, ਔਰ ਰੋਜ਼ ਇਹ ਡਰ ਦਾ ਮਾਹੌਲ ਬਣ ਰਿਹਾ ਹੈ। ਇੱਥੇ ਰਹਿਣਾ ਸੁਰੱਖਿਅਤ ਨਹੀਂ ਰਹਿ ਗਿਆ। ਮੇਰੀ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਵੀ ਜਲਦ ਤੋਂ ਜਲਦ ਇਹਨਾਂ ਅੰਤਰਾਂ ਨੂੰ ਪਕੜਿਆ ਜਾਵੇ, ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਕੋਈ ਮਾਹੌਲ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤਾਂ ਕਿ ਡਰ ਖਤਮ ਹੋਵੇ ਲੋਕਾਂ ਦਾ। ਕੀ ਮੰਨਦੇ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਗੁਰੂਹਰ ਸਾਹਿਬ ਦੇ ਵਿੱਚ, ਜਿਵੇਂ ਆਏ ਦਿਨ ਲੁੱਟਾਂ ਖੋਹਾਂ ਹੋ ਰਹੀਆਂ ਨੇ ਜੀ? ਮਾਹੌਲ ਬਹੁਤ ਗਲਤ ਹੋ ਰਿਹਾ ਜੀ, ਦਿਨੋਂ ਦਿਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਰਿਹਾ, ਤਾਂ ਹੀ ਇੱਥੋਂ ਦਾ ਯੂਥ ਵੀ ਅੱਜ ਬਾਹਰ ਜਾਣ ਨੂੰ ਭੱਜ ਰਿਹਾ ਜੀ। ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ, ਕਿਸੇ ਨਾਲ ਲੁੱਟ ਖੋਹ ਹੋ ਰਹੀ ਹੈ। ਜੇ ਸਰਕਾਰ ਕਦੋਂ ਜਾਗੇਗੀ? ਜਦੋਂ ਕਿਸੇ ਦਾ ਇੱਥੇ ਜਾਨੀ ਨੁਕਸਾਨ ਹੋਇਆ ਜਾਂ ਕਿਸੇ ਦਾ ਹੋਰ ਨੁਕਸਾਨ ਹੋ ਗਿਆ, ਇਹ ਨਾਲ ਬੈਟਰ ਹੈ ਵੀ ਹੁਣ ਹੀ ਇਹਨੂੰ ਕਾਬੂ ਕੀਤਾ ਜਾਵੇ ਤਾਂ ਜੋ ਇਹਨੂੰ ਸਹੀ ਕੀਤਾ ਜਾ ਸਕੇ ਕੰਮ ਨੂੰ। ਜੀ ਜੀ। ਹਾਂਜੀ ਸ਼੍ਰੀਮਾਨ ਜੀ, ਕਿਸ ਤਰ੍ਹਾਂ ਦੀ ਵਾਰਦਾਤ? ਜੀ ਮੈਂ ਇੱਥੇ ਨੇੜਾ ਪੰਪ ਦੇ ਜਿਹੜੀ ਕਿਵੇਂ ਡਿਊਟੀ ਕਰਦਾ ਨੇੜਾ ਡਿਊਟੀ, ਅਤੇ ਆਏ ਸੀ ਆਪਣੇ ਗੁੰਡੇ, ਆਏ ਸੀ ਤਿੰਨ ਗੁੰਡੇ ਆਏ ਸੀਗੇ, ਉਹ ਮੇਰੀ ਲੈ ਕੇ ਖਿੱਚ ਖਿੱਚ ਕੇ ਲੈ ਕੇ ਆਪਣੀ ਆਪਣੀ ਗੰਨ ਲੈ ਕੇ ਖੋ ਕੇ ਗੰਨ ਖੋ ਕੇ ਲੈ ਕੇ ਲੈ ਗਏ। ਫਾਇਰ ਕੀਤੀ ਆ? ਤਿੰਨ ਬੰਦੇ ਸੀਗੇ। ਹਾਂਜੀ ਅੱਛਾ, ਮੋਟਰਸਾਈਕਲ ਹਾਂ ਹੋਈ ਆ, ਹੋਈ ਆ ਜਿਹੜੀ ਮੇਰੀ ਪੱਗ ਲਾਈ ਆ। ਕਿੱਧਰ ਨੂੰ ਗਏ ਫਿਰ? ਇਹਨਾਂ ਗਿਆ ਆਪਣੇ ਗੁੱਦਰ ਨੰਡੀ ਰੋਡ ਨੂੰ। ਉਹ ਕਹਿੰਦੇ ਤੂੰ ਜਾਨੀ ਕਿ ਸੰਦੇ ਦੇ ਜਾਨੀ ਗਾਣੇ ਦੇ ਗਾਣਾ ਗਾਲਾਂ ਕੱਢੀਆਂ, ਮੈਂ ਕੱਢੀਆਂ ਗਾਲਾਂ ਕੱਢਦੇ ਮੁੜ ਕੇ ਜਾਨੀ ਕਿ ਗਾਣੇ। ਹਾਂਜੀ ਮੂੰਹ ਬੰਨੇ ਸੀਗੇ, ਇੱਕ ਨੇ ਕਾਲਾ ਖੋਇਆ, ਖਵਾਈ ਵੀ ਹੋਈ ਇੱਥੇ। ਹਾਂ ਖੋਈ ਹੋਈ ਸੀ। ਕੀ ਲੈ ਕੇ ਗਿਆ? ਉਹ ਜਾਨੀ ਆਪਣੇ ਕੋਲ ਲੈ ਕੇ ਜਾਨੀ ਕਿ ਗਾਣੇ ਖੋਲ ਲੈ ਗਏ ਮੇਰੀ 12 ਕਿੰਨੇ ਬੋਰ ਸੀ? 12 ਬੋਰ 12 ਬੋਰ। ਉਧਰ ਮੌਕੇ 'ਤੇ ਪਹੁੰਚੀ DSP ਨੇ ਕਿਹਾ ਕਿ ਪੈਟਰੋਲ ਪੰਪ 'ਤੇ ਲੱਗੇ CCTV ਕੈਮਰਿਆਂ ਦੇ ਵਿੱਚ ਸਾਰੀ ਵਾਰਦਾਤ ਕੈਦ ਹੋ ਗਈ ਹੈ ਅਤੇ ਜਲਦ ਹੀ ਇਹਨਾਂ ਲੁਟੇਰਿਆਂ ਦਾ ਪਤਾ ਲਗਾ ਲਿਆ ਜਾਵੇਗਾ। ਇਹ ਕਸਬਾ ਗੁਰੂਹਰ ਸਾਹਿਬ ਦੇ ਵਿੱਚ ਗੁੱਦਰ ਟੰਡੀ ਰੋਡ ਦੇ ਉੱਤੇ ਨਿਆਰਾ ਪੈਟਰੋਲ ਪੰਪ ਦੇ ਉੱਤੇ ਕਰੀਬ 9:15 ਦੇ ਨੇੜੇ 3 ਨੌਜਵਾਨ ਮੋਟਰਸਾਈਕਲ ਦੇ ਉੱਤੇ ਆਏ, ਜਿਨ੍ਹਾਂ ਨੇ ਇੱਥੋਂ 200 ਰੁਪਏ ਦਾ ਜਿਹੜਾ ਤੇਲ ਪਾਇਆ ਅਤੇ ਇੱਥੋਂ ਦਾ ਜਿਹੜਾ ਪੈਟਰੋਲ ਪੰਪ ਦਾ ਗਾਰਡ ਮੁਖਤਿਆਰ ਸਿੰਘ ਚੱਪਾ ਡਿੱਕੀ ਦਾ ਰਹਿਣ ਵਾਲਾ ਸਾਬਕਾ ਫੌਜੀ, ਉਹ ਆਫਿਸ ਦੇ ਕੋਲ ਆਪਣੀ 12 ਬੋਰ ਗਨ ਡਬਲ ਬੈਰ ਲੈ ਕੇ ਬੈਠਾ ਸੀ ਅਤੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਪਹਿਲਾਂ ਉਹਦੇ ਕੋਲ ਜਾ ਕੇ ਖੜਾ ਹੋ ਗਿਆ ਅਤੇ ਦੂਸਰਾ ਵੀ ਉੱਥੇ ਚਲਾ ਗਿਆ ਅਤੇ ਉਹਨਾਂ ਨੇ ਉੱਥੇ ਜਿਹੜੀ ਉਹਦੀ ਬੰਦੂਕ ਸੀਗੀ ਉੱਥੋਂ ਖੋਲ੍ਹੀ ਅਤੇ 2 ਜਿਹੜੇ ਆ 32 ਬੋਰ ਪਿਸਟਲ ਦੇ ਨਾਲ ਫਾਇਰ ਕੀਤੇ। ਉਹ ਤੋਂ ਬਾਅਦ ਉਹ 3 ਜਣੇ ਬੰਦੂਕ ਲੈ ਕੇ ਮੋਟਰਸਾਈਕਲ 'ਤੇ ਲੈ ਕੇ ਗੁੱਦਰ ਟੰਡੀ ਬੋਰਡਰ ਨੂੰ ਭੱਜ ਗਏ। ਸਰ ਕੁਛ ਨਕਦੀ ਵੀ ਲੈ ਕੇ ਗਏ? ਨਹੀਂ, ਕੋਈ ਨਕਦੀ ਨਹੀਂ ਲੈ ਕੇ ਗਏ, ਸਿਰਫ ਜਿਹੜਾ ਇਹ ਗਾਨੀ ਲੈ ਕੇ ਗਏ ਆ। ਬਾਰਾਂ ਇਸ ਰੋਡ 'ਤੇ ਕੋਈ ਗਾਰਡ ਵਗੈਰਾ ਚੱਲਦੀ ਹੈ? ਨਹੀਂ ਜੀ, ਇਸ ਰੋਡ ਦੇ ਉੱਤੇ ਜਿਹੜੀ ਆ ਨਹੀਂ, ਗੋਲੂਆ ਵੱਲ ਨੂੰ ਚੱਲਦੀ ਇਸ ਟਾਈਮ 'ਤੇ, ਰਾਤ ਨੂੰ ਤਾਂ ਚੱਲਦੀ ਹੈ ਪਰ ਅਜੇ ਇਸ ਟਾਈਮ 'ਤੇ ਨਹੀਂ ਸੀ ਹੈਗੀ। ਸਰ ਅੱਗੇ ਵੀ 1-2 ਦਿਨਾਂ 'ਚ ਹੋਰ ਵੀ ਵਾਰਦਾਤ ਹੋਈਆਂ, ਮਤਲਬ ਇੱਥੇ ਗਾਰਡ ਜ਼ਰੂਰੀ ਹੈ ਵੈਸੇ ਤਾਂ? ਕੋਈ ਗੱਲ ਨਹੀਂ ਜੀ, ਇੱਦਾਂ ਵੀ ਚੱਲਦੀ ਹੈ ਰਾਤ ਨੂੰ ਕਿਸ਼ਤ। ਮੈਂ ਰਾਤ ਗਿਆ ਸੀਗਾ, ਰਾਤ ਮੈਂ 2 ਵਜੇ ਵਾਪਸ ਆਇਆ, 12 ਵਜੇ ਗਿਆ ਸੀਗਾ, ਮੈਂ ਵੀ ਗੇੜਾ ਮਾਰਦਾ ਰਹਿੰਦਾ, ਪਰ ਮਤਲਬ ਕੋਈ ਗੱਲ ਨਹੀਂ, ਸਾਰਾ ਕੁਝ ਜੇ ਹੋਈਆਂ ਨੇ ਜਿਹੜੀਆਂ ਉਹਨਾਂ ਨਾਲ ਕੀਤੀ ਜਾਏਗੀ। ਹਾਂ ਸਿਟੀ ਤੋਂ ਖੰਗਾਰ ਰਹੇ ਹਾਂ, ਜਾ ਰਹੇ ਹਾਂ, ਅੱਗੇ ਵੀ ਵੇਖਦੇ ਹਾਂ, ਇੱਥੇ ਵੀ ਵੇਖੀਆਂ ਨੇ। ਉਹਦੇ ਵਿੱਚ CCTV ਫੁਟੇਜ ਦੇ ਵਿੱਚ 3 ਨੌਜਵਾਨ ਹੀ ਆ ਜਿਹੜੇ ਉਹਨਾਂ ਨੇ ਮੂੰਹ ਬੰਨੇ ਹੋਏ, ਇਹਨਾਂ ਵੱਲੋਂ ਇਹ ਵਾਰਦਾਤ ਕੀਤੀ ਗਈ। ਸਰ 3 ਦਿਨ ਪਹਿਲਾਂ ਇੱਕ ਕੱਪੜਾ ਵਪਾਰੀ ਦਾ ਵੀ ਹੋਇਆ ਸੀ, ਇੱਦਾਂ ਉਹਦਾ ਕੋਈ ਪਤਾ ਲੱਗਿਆ? ਨਹੀਂ, ਉਹਦੇ ਬਾਰੇ ਨਹੀਂ ਜੀ, ਮੈਂ ਅਜੇ ਕੁਛ ਵੀ ਕਿਹਾ ਦਾ ਨਾ ਮੈਨੂੰ ਉਹਦੇ ਬਾਰੇ 'ਚ ਹੈਗਾ।
जानकारी मुताबिक मूसर बन्ने एक व्यक्ति ने मोटरसाइकिल 200 का पेट्रोल पाने की गल आखी। उस समय उसका दूजा साथी सिक्योरिटी गार्ड दे गल पै गया ते उसके नाल कुट मरकन लग्या ते 12 बोर बंदूक खो के फरार हो गए। फिलहाल ही बड़ा चिंता का विषय बनया हुआ है कि आखिरकार अजिहे लोगों ते पुलिस प्रशासन वालों कदों अते किवें नथ पाई जाएगी। फिरोजपुर तो परमजीत सखाणा, पंजाबी लोक चैनल।